ਨਮਸਕਾਰ ਸਸ਼੍ਰੀਅਕਾਲ ਡੀ ਐਨ ਆਈਟੀ ਨਿਊਜ਼ ਦੇ ਜਾਗੋ ਪੰਜਾਬ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਭਾਸ਼ਾ ਉਹ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਕਿਸੇ ਕੌਮੀਅਤ ਦੇ ਲੋਕਾਂ ਦੇ ਹਵਾ ਪਾਵਾ ਅਤੇ ਵਿਚਾਰਾਂ ਦਾ ਆਪਸੀ ਆਦਾਨ ਪ੍ਰਦਾਨ ਕਰਦੀ ਹੈ ਅਤੇ ਪੰਜਾਬ ਵਿੱਚ ਸਾਡੇ ਆਦਾਨ ਪ੍ਰਦਾਨ ਦਾ ਮਾਧਿਅਮ ਬਣੀ ਪੰਜਾਬੀ ਭਾਸ਼ਾ ਉਹ ਭਾਸ਼ਾ ਜਿਸ ਵਿੱਚ ਗੁਰੂਆਂ ਨੇ ਬਾਣੀ ਦੀ ਰਚਨਾ ਵੀ ਕੀਤੀ ਪਰ ਗੁਰੂਆਂ ਦੀ ਇਸੇ ਭਾਸ਼ਾ ਨੂੰ ਅੱਜ ਕੱਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅਪਣਾਉਣ ਤੋਂ ਸੰਕੋਚ ਕੀਤਾ ਜਾ ਰਿਹਾ ਹੈ ਆਖਰ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਇਸ ਮੁੱਦੇ ਤੇ ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੇ ਪ੍ਰੋਫੈਸਰ ਅਤੇ ਚੇਅਰਮੈਨ ਡਾਕਟਰ ਸੁਖਦੇਵ ਸਿੰਘ ਇਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸ਼ਕਰਵੀ ਨੇ ਚੰਡੀਗੜ੍ਹ ਸ਼ਹਿਰ ਜੋ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਹੀ ਬਣਾਇਆ ਗਿਆ ਤੇ ਉਸੇ ਸ਼ਹਿਰ ਵਿਚ ਹੁਣ ਅੱਜ ਕੱਲ ਪੰਜਾਬੀ ਬੋਲਣ ਤੋਂ ਸੰਕੋਚ ਕੀਤਾ ਜਾ ਰਿਹਾ ਹੈ। ਹੂੰ ਬੇਟਾ ਪਹਿਲੀ ਗੱਲ ਤਾਂ ਪੰਜਾਬ ਦੇ ਹਾਲਾਤ ਨੂੰ ਧਿਆਨ ਚ ਰੱਖਦੇ ਹੋਏ ਔਰ ਇਸ ਵੇਲੇ ਜੋ ਸੰਸਾਰ ਚ ਵਾਪਰ ਰਿਹਾ ਉਹਨੂੰ ਧਿਆਨ ਚ ਰੱਖਦੇ ਹੋਏ ਮੈਂ ਸਭ ਤੋਂ ਪਹਿਲਾਂ ਸਪਸ਼ਟ ਇਹ ਕਰਨਾ ਚਾਹੂੰਗਾ ਕਿ ਇਸ ਵੇਲੇ ਚੰਡੀਗੜ੍ਹ ਦਾ ਸਟੇਟਸ ਕੀ ਆ। ਹੂੰ ਹੂੰ ਰਜੀਵ ਲੌਂਗਵਾਲ ਸਮਝੌਤੇ ਤਹਿਤ 1986 ਦੇ ਵਿੱਚ ਇਹ ਪ੍ਰਵਾਨ ਕਰ ਲਿਆ ਗਿਆ ਸੀ ਕਿ ਪੰਜਾਬ ਚੰਡੀਗੜ੍ਹ ਦੀ ਰਾਜਧਾਨੀ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਇਹਨੂੰ ਪੰਜਾਬ ਨੂੰ ਟ੍ਰਾਂਸਫਰ ਕੀਤਾ ਜਾਏਗਾ। ਇਹ ਵੱਖਰੀ ਗੱਲ ਹੈ ਕਿ ਹੁਣ ਤੱਕ ਦੀਆਂ ਸੈਂਟਰ ਸਰਕਾਰਾਂ ਦੀ ਬਦਨੀਤੀ ਕਾਰਨ ਪੰਜਾਬ ਨੂੰ ਇਹ ਖਿੱਤਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਟਰਾਂਸਫਰ ਨਹੀਂ ਕੀਤਾ ਗਿਆ ਸੋ ਕੇਂਦਰ ਸਰਕਾਰ ਇਹ ਪ੍ਰਵਾਨ ਕਰ ਚੁੱਕੀ ਆ ਕਿ ਚੰਡੀਗੜ੍ਹ ਪੰਜਾਬ ਦਾ ਅੰਗ ਆ ਤੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਣਾ ਆ ਹੂੰ ਦੂਸਰੀ ਗੱਲ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਚੰਡੀਗੜ੍ਹ ਪੰਜਾਬੀ ਭਾਸ਼ਾ ਬੋਲਣ ਵਾਲੇ ਪਿੰਡਾਂ ਨੂੰ ਅਜਾੜ ਕੇ ਵਸਾਇਆ ਗਿਆ ਔਰ ਅੱਜ ਵੀ ਚੰਡੀਗੜ੍ਹ ਦੇ ਵਿੱਚ 23 ਪਿੰਡ ਅਜੇ ਇਹ ਨੇ ਜਿਨ੍ਹਾਂ ਦੀ ਮਾਤ ਭਾਸ਼ਾ ਜਿੱਥੋਂ ਦੀ ਬਹੁ ਗਲਤੀ ਪਪ ਜਿਹੜੀ ਆਬਾਦੀ ਆ ਉਹਨਾਂ ਦੀ ਮਾਤ ਭਾਸ਼ਾ ਪੰਜਾਬੀ ਆ ਸੋ ਜਿੱਥੋਂ ਤੱਕ ਚੰਡੀਗੜ੍ਹ ਦਾ ਸਟੇਟਸ ਆ ਚੰਡੀਗੜ੍ਹ ਪੰਜਾਬ ਦਾ ਅੰਗ ਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਪੰਜਾਬੀ ਖੇਤਾ ਆ ਪੰਜਾਬ ਦਾ ਇਲਾਕਾ ਆ ਸੋ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦੇ ਸਟੇਟਸ ਬਾਰੇ ਕੋਈ ਸਾਨੂੰ ਭੁਲੇਖਾ ਨਹੀਂ ਲੈਣਾ ਚਾਹੀਦਾ ਕਿਉਂਕਿ ਕੇਂਦਰ ਸਰਕਾਰ ਨੇ ਪਛਾਵਾਂ ਦੇ ਆਧਾਰ ਤੇ ਜਦੋਂ ਸੂਬਿਆਂ ਦਾ ਪੁਨਰਗਠਨ ਕੀਤਾ ਤਾਂ ਪੰਜਾਬ ਦਾ ਪੁਨਰਗਠਨ ਕਰਨ ਵਿੱਚ ਬੜੀ ਦੇਰ ਹੋਈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਲੰਮੀਆਂ ਹੜਤਾਲਾਂ ਹੋਈਆਂ ਪੰਜਾਬੀ ਬਸੋਂ ਦੇ ਵਿੱਚ ਫਿਰਕੂ ਤਣਾਅ ਪੈਦਾ ਹੋਇਆ ਲੰਮੇ ਸੰਘਰਸ਼ ਤੋਂ ਬਾਅਦ 1966 ਵਿੱਚ ਜਿਹੜਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਸੋ ਚੰਡੀਗੜ੍ਹ ਪੰਜਾਬ ਦਾ ਅੰਗ ਆ ਸੋ ਚੰਡੀਗੜ੍ਹ ਦੀ ਭਾਸ਼ਾ ਪਹਿਲੀ ਭਾਸ਼ਾ ਪੰਜਾਬੀ ਆ ਇਹਦੇ ਬਾਰੇ ਸਾਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਇਹ ਵੱਖਰੀ ਗੱਲ ਆ ਕਿ ਇੱਥੋਂ ਦੇ ਅਫਸਰਾਂ ਨੂੰ ਇੱਕ ਭਲੇਖਾ ਆ ਇੱਕ ਭ੍ਰੰਤੀ ਆ ਕਿ ਚੰਡੀਗੜ੍ਹ 'ਚ ਅੰਗਰੇਜ਼ੀ ਤੇ ਹਿੰਦੀ ਦੇ ਮਾਧਮ ਰਾਹੀਂ ਹੀ ਲੋਕਾਂ ਨੂੰ ਗੱਲ ਸਮਝਾਈ ਜਾ ਸਕਦੀ ਆ ਹਮਮਸਲੰ ਪਿੱਛੇ ਜੇ ਜਿਹੜੀ ਬਹੁਤ ਕੰਟਰੋਵਰਸੀ ਹੋਈ ਜੀ ਸੂਚੀ ਤੇ ਇਹਨਾਂ ਨੇ ਕੰਡਕਟਰਸ ਪਾਤੀ ਕਰਦੇ ਸੀ ਔਰ ਉਹ ਬੱਚੇ ਜਿਨ੍ਹਾਂ ਨੇ ਚੰਡੀਗੜ੍ਹ 'ਚ ਰਹਿੰਦੇ ਆ ਆਪਣੀ ਮਾਤ ਭਾਸ਼ਾ ਪੜ੍ਹਦੇ ਆ ਪੰਜਾਬੀ ਭਾਸ਼ਾ ਨਾਲ ਮੈਟ੍ਰਿਕ ਜਮਾਤ ਪਾਸ ਕੀਤੀ ਸੀ ਜਾਂ ਪਲੱਸ 2 ਪਾਸ ਕੀਤੀ ਸੀ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਕੰਡਕਟਰ ਲੱਗਣ ਵਾਸਤੇ ਯੋਗ ਨਹੀਂ ਮੰਨਿਆ ਮੇਰੀ ਮੈਂ ਹੈਰਾਨ ਹਾਂ ਕਿ ਅਸੀਂ ਕਿਸ ਕਿਸਮ ਦੀ ਹਮ ਅਫਸਰ شاہੀ ਦੀ ਅਗਵਾਈ ਚ ਪੜ ਰਹੇ ਹਾਂ ਜੀ ਰਹੇ ਹਾਂ ਜਿਸ ਅਫਸਰ شاہਦ ਨੂੰ ਇਹ ਨਹੀਂ ਪਤਾ ਕਿ ਚੰਡੀਗੜ੍ਹ ਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਸਵਾਰੀਆਂ ਨਹੀਂ ਆ ਜਾਂ ਚੰਡੀਗੜ੍ਹ ਚ ਕੋਈ ਕੰਡਕਟਰ ਮੈਂ ਹੈਰਾਨ ਹਾਂ ਵੀ ਇੱਥੇ ਅਰਬੀ ਬੋਲੇਗਾ ਜਾਂ ਫਾਰਸੀ ਬੋਲੇਗਾ ਕੋਈ ਆ ਕੇ ਜਾਏ ਇੱਥੇ ਕੋਈ ਫਰਾਂਚ ਬੋਲੇਗਾ ਇਹ ਕਿਸ ਮਗਾਲਤੇ ਵਿੱਚ ਨੇ ਸਾਡੀ ਅਫਸਰ ਬੜੀ ਹੈਰਾਨੀ ਹੁੰਦੀ ਹੈ ਜੀ ਬਿਲਕੁਲ ਜਿਵੇਂ ਉਹ ਕਹਿ ਤਾਂ ਰਹੇ ਕਿ ਪੰਜਾਬ ਦੇ ਇੱਥੇ ਰਹਿੰਦੇ ਆ ਪੰਜਾਬੀ ਲੋਕ ਰਹਿੰਦੇ ਨੇ ਪਰ ਅਮਲੀ ਤੌਰ ਤੇ ਦੇਖਿਆ ਜਾਏ ਤਾਂ ਦਫਤਰੀ ਕੰਮਕਾਜ ਲਈ ਵੀ ਇਹ ਪੰਜਾਬੀ ਭਾਸ਼ਾ ਦਾ ਉਨਾ ਇਸਤੇਮਾਲ ਨਹੀਂ ਕਰਦੇ ਦੇਖੋ ਪਿਛਲੇ ਹਸੇ ਚ ਸ਼੍ਰੀ ਪਬਲ ਕੁਵਾਰ ਬਾਂਸਲ ਜਿਹੜੇ ਕੈਬਨਟ ਮੰਤਰੀ ਤੱਕ ਪਹੁੰਚੇ ਨੇ ਲੰਮੇ ਸਮੇਂ ਤੋਂ ਚੰਡੀਗੜ੍ਹ ਦਾ ਜੋ ਖਿੱਤਾ ਹੈ ਇਹਦੀ ਲੋਕ ਸਭਾ ਦੇ ਵਿੱਚ ਇਹਦੀ ਨੁਮਾਇੰਦਗੀ ਕਰ ਰਹੇ ਨੇ ਉਹ ਇਹ ਮਸਲਾ ਬਾਰ ਬਾਰ ਉਠਾ ਰਹੇ ਨੇ ਪ੍ਰਕਾਸ਼ਕ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਕੋਲ ਉਹਨਾਂ ਨੇ ਮਸਲਾ ਉਠਾਇਆ ਸਾਡੇ ਲੇਖਕ ਸੁਭਾਵਾਂ ਨੂੰ ਉਹਨਾਂ ਨੇ ਬਾਰ ਬਾਰ ਆਸ਼ਵਾਸ਼ਣ ਦਿੱਤੇ ਹਾਂ ਹਾਂ ਔਰ ਹੁਣ ਵੀ ਪਿਛਲੇ ਹਫ਼ਤੇ ਵਿੱਚ ਵੀ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਉਹਦਾ ਬਣਦਾ ਸਥਾਨ ਦੇਣਾ ਚਾਹੀਦਾ ਆ ਮੈਂ ਇੱਕ ਸਿੰਪਲ ਜਿਹੀ ਗੱਲ ਬਹੁਤ ਤੁਹਾਡੇ ਧਿਆਨ ਤੇ ਲਿਆਉਣਾ ਚਾਹਣਾ ਹਾਂ 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 ਅੱਜ ਪੰਜਾਬ ਦਾ ਗਵਰਨਰ ਚੰਡੀਗੜ੍ਹ ਦਾ ਗਵਰਨਰ ਆ ਕਦੇ ਚੰਡੀਗੜ੍ਹ ਦੇ ਵਿੱਚ ਚੀਫ ਕਮਿਸ਼ਨਰ ਦੀ ਪੋਸਟ ਹੁੰਦੀ ਸੀ ਕਿਉਂਕਿ ਉਦੋਂ ਚੰਡੀਗੜ੍ਹ ਨੂੰ ਯੂਟੀ ਮੰਨਿਆ ਜਾਂਦਾ ਸੀ ਜਦੋਂ ਤੋਂ ਸੈਂਟਰ ਸਰਕਾਰ ਨੇ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਪੰਜਾਬ ਦਾ ਅੰਗ ਬਣ ਲਿਆ ਉਦੋਂ ਤੋਂ ਇੱਥੇ ਚੀਫ ਕਮਿਸ਼ਨਰ ਦੀ ਪੋਸਟ ਖਤਮ ਕਰਕੇ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਆ ਉਹ ਪੰਜਾਬ ਦੇ ਗਵਰਨਰ ਨੂੰ ਲਾਇਆ ਜਾਂਦਾ ਸੋ ਜੇ ਚੰਡੀਗੜ੍ਹ ਪੰਜਾਬ ਦਾ ਅੰਗ ਆ ਤਾਂ ਫਿਰ ਇਹ ਸਵਾਲ ਹੀ ਨਹੀਂ ਉੱਠਦਾ ਕਿ ਚੰਡੀਗੜ੍ਹ ਦੀ ਭਾਸ਼ਾ ਦੇ ਸਟੇਟਸ ਬਾਰੇ ਮੁੜ ਕੇ ਵਿਚਾਰਿਆ ਜਾਵੇ ਕਿਉਂਕਿ ਚੰਡੀਗੜ੍ਹ ਜੇ ਪੰਜਾਬ ਦਾ ਅੰਗ ਆ ਤੇ ਪੰਜਾਬੀ ਸੂਬਾ ਜੋ ਬਣਾਇਆ ਗਿਆ ਉਹ ਭਾਸ਼ਾ ਦੇ ਆਧਾਰ ਤੇ ਬਣਾਇਆ ਗਿਆ ਤੇ ਇਥੋਂ ਦੀ ਪਹਿਲੀ ਭਾਸ਼ਾ ਪੰਜਾਬੀ ਆ ਇਹ ਵੱਖਰੀ ਗੱਲ ਆ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਡਿਪਿਊਟ ਕੀਤੇ ਜਾਣ ਵਾਲੇ ਜਾਂ ਡੈਪੂਟੇਸ਼ਨ ਤੇ ਆਉਣ ਵਾਲੇ ਜਿਹੜੇ ਆਫੀਸਰਸ ਨੇ ਜੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਇਹ ਸੀਮਾ ਉਹਨਾਂ ਦੀ ਆ ਇਹ ਅਸਮਰੱਥਾ ਉਹਨਾਂ ਦੀ ਆ ਉਹਨਾਂ ਨੂੰ ਕੋਈ ਹੱਕ ਨਹੀਂ ਕਿ ਉਹ ਬਹੁਤ ਵੱਡੀ ਗਲਤੀ ਨੂੰ ਜਿਹੜੀ ਚੰਡੀਗੜ੍ਹ ਚ ਪੰਜਾਬੀਆਂ ਦੀ ਆ ਕਿ ਉਹ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਤੋਂ ਮਹਿਰੂਮ ਕਰ ਮੈਂ ਸਮਝਦਾ ਕਿ ਇਹੇ ਅਫਸਰ ਜਿਹੜੇ ਸਾਡੇ ਭਾਰਤੀ ਸੰਵਿਧਾਨ ਨਾਲ ਖਲਵਾੜ ਕਰ ਰਹੇ ਨੇ ਇਹਨਾਂ ਅਫਸਰਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਆ ਔਰ ਇਹਨਾਂ ਨੂੰ ਬੰਦ ਦੀਆਂ ਸਜ਼ਾਵਾਂ ਦੇਣੀਆਂ ਚਾਹੀਦੀਆਂ ਬਿਲਕੁਲ ਪਰ ਡਾਕਟਰ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਹਰਿਆਣਾ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਹੈ ਉੱਥੇ ਇਹਨੂੰ ਦੂਜੀ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਤੇ ਫਿਰ ਅਸੀਂ ਇਸੇ ਚੀਜ਼ ਨੂੰ ਚੰਡੀਗੜ੍ਹ ਦੇ ਵਿੱਚ ਕਿਉਂ ਨਹੀਂ ਲਾਗੂ ਕਰ ਸਕਦੇ ਜੇ ਇਹ ਸਾਡੀ ਰਾਜਧਾਨੀ ਹੈ ਤੇ ਫਿਰ ਇੱਥੇ ਇਹਨੂੰ ਪਹਿਲੀ ਭਾਸ਼ਾ ਦੇ ਦਰਜੇ ਦੇ ਤੌਰ ਤੇ ਅਧਿਕਾਰਤ ਤੌਰ ਤੇ ਤਾਂ ਉਹਨਾਂ ਨੇ ਕਿਹਾ ਤਾਂ ਹੈ ਪਰ ਅਮਲੀ ਤੌਰ ਤੇ ਉਹਨੂੰ ਲਾਗੂ ਨਹੀਂ ਕਰ ਰਹੇ ਬੱਚਾ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਦੋ ਗੱਲਾਂ ਨੇ ਇੱਕ ਤਾਂ ਜਿਵੇਂ ਜਿਵੇਂ ਲੋਕਤੰਤਰ ਸਮਰੱਥ ਹੁੰਦਾ ਆ ਜਿਵੇਂ ਜਿਵੇਂ ਲੋਕਤੰਤਰ ਸਟਰੈਂਥ ਹੁੰਦਾ ਆ ਤਿਵੇਂ-ਤਿਵੇਂ ਲੋਕ ਆਪਣੇ ਹੱਕਾਂ ਬਾਰੇ ਸੁਚੇਤ ਹੁੰਦੇ ਆ ਔਰ ਪੰਜਾਬੀ ਜਿਹੜੇ ਬਹੁਤ ਵੱਡੀ ਗਲਤੀ 'ਚ 1947 ਦੀ ਦੇਸ਼ ਵੰਡ ਤੋਂ ਬਾਅਦ ਦਿੱਲੀ ਚ ਆ ਕੇ ਬੈਠੇ ਨੈਣੀਤਾਲ ਦੇ ਖਿੱਤੇ 'ਚ ਬੈਠੇ ਯੂਪੀ ਦੇ ਕੋਈ ਸ਼ਹਿਰਾਂ 'ਚ ਆ ਕੇ ਬੈਠੇ ਐਸ ਵੇਲੇ ਪੰਜਾਬੀ ਲਗਭਗ ਹਿੰਦੁਸਤਾਨ ਦੇ ਸਾਰੇ ਖਿੱਤਿਆਂ 'ਚ ਬੈਠੇ ਨੇ ਬੰਬਈ ਚ ਬਹੁਤ ਵੱਡੀ ਗਲਤੀ ਮਹਾਰਾਸ਼ਟਰ ਚ ਬਹੁਤ ਵੱਡੀ ਗਲਤੀ ਪੰਜਾਬੀਆਂ ਦੀ ਆ ਕੈਲਕਾਟਾ ਚ ਵੱਡੀ ਗਲਤੀ ਪੰਜਾਬੀਆਂ ਦੀ ਆ ਕਾਂਪੁਰ ਚ ਪੰਜਾਬੀਆਂ ਦੀ ਬਹੁਤ ਵੱਡੀ ਗਲਤੀ ਆ ਸੋ ਪੰਜਾਬੀ ਭਾਈਚਾਰਾ ਬਹੁਤ ਉਦਮੀ ਹੋਣ ਕਰਕੇ ਹਿੰਦੁਸਤਾਨ ਦੇ ਵੱਖਰੇ ਵੱਖਰੇ ਖਿੱਤਿਆਂ ਵਿੱਚ ਬੈਠਾ ਆ ਔਰ ਦੂਜੀ ਗੱਲ ਪੰਜਾਬੀ ਭਾਈਚਾਰੇ ਦੇ ਹੱਕ ਚ ਆਂਦੀ ਆ ਕਿ ਪੰਜਾਬੀ ਨੈਸ਼ਨਲਿਸਟ ਨੇ ਪੰਜਾਬੀ ਦੇਸ਼ ਭਗਤ ਨੇ ਔਰ ਜਿੱਥੇ ਵੀ ਪੰਜਾਬੀ ਬੈਠੇ ਨੇ ਉਹ ਉਥੋਂ ਦੀਆਂ ਪਛਾਵਾਂ ਉਥੋਂ ਦੇ ਲੋਕਾਂ ਨਾਲ ਰਚਮਿਚ ਕੇ ਰਹਿੰਦੇ ਨੇ ਸੋ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬੀ ਸੁਚੇਤ ਹੋਏ ਨੇ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੂਸਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਔਰ ਪਿਛਲੇ ਸਮੇਂ ਚ ਰਾਜਸਥਾਨ ਨੇ ਔਰ ਹੁਣੇ ਜਿਹੇ ਮੱਧ ਪ੍ਰਦੇਸ਼ ਨੇ ਆਪਣੇ ਆਪਣੇ ਸੂਬਿਆਂ ਵਿੱਚ ਪੰਜਾਬੀ ਸਹਿਤ ਅਕਾਦਮੀਆਂ ਜਾਂ ਪੰਜਾਬੀ ਅਕਾਦਮੀਆਂ ਦਾ ਗਠਨ ਕੀਤਾ ਆ ਦਿੱਲੀ ਦੇ ਵਿੱਚ ਪੰਜਾਬੀ ਅਕਾਦਮੀ ਆ ਔਰ ਦਿੱਲੀ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਸੈਕੰਡ ਭਾਸ਼ਾ ਦਾ ਦਰਜਾ ਦਿੱਤਾ ਜਾ ਚੁੱਕਾ ਆ ਸੋ ਅੱਜ ਹਿੰਦੁਸਤਾਨ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਪੰਜਾਬੀ ਭਾਸ਼ੀ ਲੋਕਾਂ ਦੀ ਮੰਗਰੂ ਧਿਆਨ ਚ ਲਖਦੇ ਹੋਇਆ ਪੰਜਾਬੀ ਅਕੈਡਮੀਜ਼ ਬਣ ਰਹੀਆਂ ਨੇ ਪੰਜਾਬੀ ਦੇ ਪ੍ਰੋਮੋਸ਼ਨ ਲਈ ਬੋਰਡਸ ਬਣ ਰਹੇ ਨੇ ਹਮਮ ਔਰ ਥਾਂ ਥਾਂ ਤੇ ਪੰਜਾਬੀ ਦੀ ਪੜ੍ਹਾਈ ਦਾ ਇੰਤਜ਼ਾਮ ਹੋ ਰਿਹਾ ਦਿਲਚਸਪ ਗੱਲ ਇਹ ਆ ਕਿ ਹਰਿਆਣਾ ਦੇ ਵਿੱਚ ਅੱਜ ਹਰਿਆਣਾ ਦੇ ਵਿੱਚ ਪੰਜਾਬੀ ਸੈਕੰਡ ਲੈਂਗੁਏਜ ਆ ਹਰਿਆਣਾ ਵਿੱਚ ਪੰਜਾਬੀ ਸਹਿਤ ਕਾਰਜ ਵੀ ਬਹੁਤ ਸਰਗਰਮ ਹਮਮ ਔਰ ਹਰਿਆਣਾ ਦਾ ਸਰਕਾਰ ਪੰਜਾਬੀ ਭਾਸ਼ਾ ਦੀ ਪ੍ਰੋਮੋਸ਼ਨ ਲਈ ਬਹੁਤ ਖੁੱਲੇ ਦਿਲ ਨਾਲ ਖਰਚ ਕਰ ਰਹੀ ਆ ਔਰ ਦੂਜੇ ਪਾਸੇ ਪੰਜਾਬ ਦਾ ਅੰਗ ਹੋਣ ਵਾਲਾ ਚੰਡੀਗੜ੍ਹ ਇਥੋਂ ਦੇ ਜਿਹੜੇ ਅਫਸਰ ਨੇ ਜਾਂ ਇਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਇਹ ਗੱਲ ਜੇਹੰਚ ਨਹੀਂ ਆ ਰਹੀ। ਔਰ ਮੈਂ ਸਮਝਦਾ ਕਿ ਇਹ ਇੱਕ ਤਰ੍ਹਾਂ ਦੀ ਭਾਸ਼ਾਵਾਂ ਵਾਲੇ ਗੈਰ ਵਿਗਿਆਨਕ ਸੋਚ ਆ। ਸਾਡੇ ਬਹੁਤੇ ਅਫਸਰ ਉਹਨਾਂ ਦੇ ਬਹੁਤ ਛੇਤੀ ਸਿਰ ਸੁੱਜ ਜਾਂਦੇ ਆ। ਉਹ ਆਪਣੇ ਆਪ ਨੂੰ ਲੋਕਾਂ ਤੋਂ ਵੱਖਰਾ ਤੇ ਅਸਮਾਨੋਂ ਉੱਤਰਾ ਸਮਝਣ ਲੱਗ ਜਾਂਦੇ ਆ। ਇਹ ਉਹਨਾਂ ਦੀ ਗੈਰ ਸੈਂਟੀਫਿਕ ਸਮਝ ਆ। ਹੁੰਦਾ ਇਹ ਆ ਕਿ ਪ੍ਰਸ਼ਾਸਨ ਤੇ ਲੋਕਾਂ ਵਿੱਚ ਅਫਸਰਾਂ ਨੇ ਇੱਕ ਕੜੀ ਦਾ ਕੰਮ ਕਰਨਾ ਹੁੰਦਾ ਆ ਅਸੀਂ ਪੜ੍ਹੇ ਲਿਖੇ ਆਈਐਸ ਅਫਸਰ ਨੂੰ ਪੰਜਾਬੀ ਭਾਸ਼ਾ ਸਿਖਾ ਸਕਦੇ ਆ ਇੱਕ ਅਨਪੜ ਮਜ਼ਦੂਰ ਨੂੰ ਇੱਕ ਅਨਪੜ ਕਿਸਾਨ ਨੂੰ ਅਸੀਂ ਅੰਗਰੇਜ਼ੀ ਜਾਂ ਹਿੰਦੀ ਨਹੀਂ ਸਿਖਾ ਸਕਦੇ ਸੋ ਮੈਨੂੰ ਇਹ ਲੱਗਦਾ ਆ ਕਿ ਜੋੜੀ ਭਾਸ਼ਾ ਸਿੱਖਣ ਦੀ ਕੰਪੀਟੈਂਸੀ ਆ ਇਹ ਪੜ੍ਹੇ ਲਿਖੇ ਅਧਿਕਾਰੀਆਂ ਦੇ ਚਬਦ ਹੁੰਦੀ ਆ ਨਾ ਕਿ ਸੁਧਾਰਨ ਕਾਰੋਬਾਰ ਕਰਨ ਵਾਲੇ ਤੇ ਆਪਣੀ ਰੋਜ਼ ਮਰਾਂ ਦੀ ਰੋਜੀ ਰੋਟੀ ਦੇ ਮਸਲਿਆਂ 'ਚ ਉਲਝੇ ਬੰਦੇ ਨਾਲ ਸੋ ਮੈਂ ਸਮਝਦਾ ਆ ਕਿ ਅਫਸਰਾਂ ਦੇ ਦਿਲਾਂ 'ਚੋਂ ਇਹ ਕਿ ਸਾਡਾ ਮਾਈਂਡਸੈਟ ਆ ਇਸ ਮਾਈਂਡਸੈਟ ਨੂੰ ਬਦਲਦੀ ਲੋੜ ਆ ਜਿਹੜੇ ਸਿਆਣੇ ਅਫਸਰ ਨੇ ਉਹ ਇਹ ਗੱਲ ਸਮਝਦੇ ਨੇ ਕਿ ਲੋਕਾਂ ਦੀ ਗੱਲ ਲੋਕਾਂ ਦੀ ਜ਼ੁਬਾਨ ਚ ਕਰਕੇ ਹੀ ਲੋਕਾਂ ਨਾਲ ਤਾਲਮੇਲ ਬਿਠਾਇਆ ਜਾ ਸਕਦਾ ਆ ਸੋ ਸਾਨੂੰ ਸਮਝਣਾ ਇਹ ਚਾਹੀਦਾ ਆ ਕਿ ਇੱਕ ਜਮਹੂਰੀ ਦੇਸ਼ ਦੇ ਵਿੱਚ ਸਾਡੇ ਸੰਵਿਧਾਨ ਦੀ ਜਿਹੜੀ ਮੂਲ ਸਪਿਰਟ ਆ ਕਿ ਹਰ ਖਿੱਤੇ ਦੇ ਲੋਕਾਂ ਨੂੰ ਪ੍ਰਸ਼ਾਸਨ ਉਹਨਾਂ ਦੀ ਜ਼ੁਬਾਨ ਵਿੱਚ ਹੀ ਦਿੱਤਾ ਜਾਣਾ ਆ ਸੋ ਸਾਡੇ ਇਹ ਅਫਸਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਤੇ ਉਹਨਾਂ ਨੂੰ ਇੱਕ ਗੈਰ ਵਿਗਿਆਨਕ ਨਜ਼ਰ ਗਿਆ ਤਿਆਗ ਦੇਣਾ ਚਾਹੀਦਾ ਆ ਦੂਸਰਾ ਸਾਡੇ ਬਹੁਤ ਵੱਡੀ ਗਿਣਤੀ 'ਚ ਅਜੇ ਵੀ ਸਾਡੇ ਕੁਝ ਅਫਸਰ ਐਸੇ ਨੇ ਜਾਂ ਸਾਡੇ ਕੁਝ ਬੁੱਧੀਜੀਵੀ ਐਸੇ ਨੇ ਜਿਹੜੇ ਫਿਰਕਾ ਪ੍ਰਸਤੀ ਜੋ ਮੁਕਤ ਨਹੀਂ ਹੋ ਰਹੇ ਪੰਜਾਬੀ ਪੰਜਾਬੀਆਂ ਦੀ ਜ਼ੁਬਾਨ ਆ ਪੰਜਾਬੀ ਸਿੱਖਾਂ ਦੀ ਜ਼ੁਬਾਨ ਨਹੀਂ ਪੰਜਾਬ ਦੇ ਵਿੱਚ ਰਹਿਣ ਵਾਲੇ Hindu, Sikh, Musalman ਜਾਂ Isai ਸਾਰੇ ਪੰਜਾਬੀ ਬੋਲਦੇ ਨੇ ਸੋ ਪੰਜਾਬੀ ਨੂੰ ਇੱਕ ਖਿੱਤੇ ਨਾਲ ਜਾਂ ਇੱਕ ਫਿਰਕੇ ਨਾਲ ਨਹੀਂ ਜੋੜਿਆ ਜਾ ਸਕਦਾ ਮੈਂ ਦੋ ਗੱਲਾਂ ਕਹਿ ਰਿਹਾ ਮੈਂ ਖਿੱਤਿਆਂ ਇਸ காਕੇ ਕਹਿ ਰਿਹਾ ਕਿ ਇਸ ਵੇਲੇ ਪੰਜਾਬੀ ਹਿੰਦੋਸਤਾਨ ਦੇ ਵੱਖ-ਵੱਖ ਖਿੱਤਿਆਂ ਚ ਨਹੀਂ ਦੁਨੀਆਂ ਦੇ ਬਹੁਤ ਵੱਡੇ ਖਿੱਤੇ ਚ ਫੈਲੇ ਹੋਏ ਨੇ ਸੋ ਪੰਜਾਬੀ ਨਾ ਹੁਣ ਇੱਕ ਖਿੱਤੇ ਦੀ ਭਾਸ਼ਾ ਆ ਤੇ ਨਾ ਪੰਜਾਬੀ ਕਿਸੇ ਇੱਕ ਵਿਸ਼ੇਸ਼ ਵਰਗ ਦੀ ਭਾਸ਼ਾ ਆ ਪੰਜਾਬੀ ਪੰਜਾਬੀਆਂ ਦੀ ਭਾਸ਼ਾ ਆ ਸਾਨੂੰ ਬਾਬਾ ਫਰੀਦ ਤੇ ਸਾਨੂੰ ਬਾਬਾ ਬੁੱਲ੍ਹੇ ਸ਼ਾਹ ਤੇ ਸਾਨੂੰ ਵਰਿਸ਼ਾ ਤੇ ਉਹੀ ਮਾਨ ਜੋ ਅਸੀਂ ਗੁਰੂ ਨਾਨਕ ਦੇਵ ਜੀ ਤੇ ਕਰਦੇ ਨੇ ਜਾਂ ਗੁਰੂ ਸਾਹਿਬਾਨ ਤੇ ਕਰਦੇ ਆ ਸੋ ਪੰਜਾਬੀ ਵਾਰੇ ਸਾਡੇ ਜਿਹੜੇ ਗਲਤ ਨੋਸ਼ਨ ਬਣੇ ਨੇ ਸਾਨੂੰ ਉਹਨਾਂ ਤੋਂ ਮੁਕਤ ਹੋਣ ਦੀ ਲੋੜ ਆ ਸਾਨੂੰ ਆਪਣਾ ਮਾਈਂਡ ਸੈਟ ਚੇਂਜ ਕਰਨ ਦੀ ਲੋੜ ਆ ਕਿ ਪੰਜਾਬੀ ਨਾ ਇੱਕ ਖਿੱਤੇ ਦੀ ਭਾਸ਼ਾ ਆ ਨਾ ਪੰਜਾਬੀ ਖਾਸ ਕਿਸੇ ਵਰਗ ਦੀ ਜਾਂ ਪੰਜਾਬੀ ਕਿਸੇ ਖਾਸ ਧਰਮ ਦੀ ਭਾਸ਼ਾ ਨਹੀਂ ਇਹ ਪੰਜਾਬ ਦੇ ਸਭੂ ਵਸਣਾਂ ਦੀ ਭਾਸ਼ਾ ਆ ਤੇ ਲੋਕਾਂ ਨੂੰ ਗੱਲ ਜਿਹੜੀ ਆ ਉਹਨਾਂ ਦੀ ਬੋਲੀ ਚ ਕਹੀ ਜਾ ਸਕਦੀ ਆ ਇੱਕ ਕਲਮੇ ਭਾਸ਼ਾਵਾਦ ਹੋਰ ਜੋੜਦਾ ਹਾਂਜੀ ਤੁਸੀਂ ਕੁਝ ਪੁੱਛਣਾ ਚਾਹੋ। ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਕਿ ਅਧਿਕਾਰੀਆਂ ਨੇ ਜਿਹੜੇ ਉਹਨਾਂ ਨੂੰ ਭਾਸ਼ਾ ਸਿਖਾਈ ਜਾ ਸਕਦੀ ਹੈ ਪਰ ਜਿਹੜੇ ਸਿੱਖੇ ਹੋਏ ਨੇ ਆਲਰੇਡੀ ਉਹਨਾਂ ਨੂੰ ਜਿਵੇਂ ਤੁਸੀਂ ਦੇਖ ਲਓ ਕਾਉਂਸਲਰ ਮੇਅਰ ਇਹ ਸਾਰੇ ਤਾਂ ਪੰਜਾਬੀ ਹੈਗੇ ਨੇ ਫਿਰ ਇੰਨਾ ਵੱਲੋਂ ਕੋਈ ਉਪਰਾਲਾ ਕਿਉਂ ਨਹੀਂ ਕੀਤਾ ਜਾ ਰਿਹਾ? ਪਿਛਲੇ ਦਿਨਾਂ 'ਚ ਜਿਹੜੀ ਚੰਡੀਗੜ੍ਹ ਦੀ ਮੀਟਿੰਗ ਹੋਈ ਆ ਮਿਊਨਿਸਪੈਲਿਟੀ ਦੀ ਉਹਦੇ ਵਿੱਚ ਮੇਅਰ ਨੇ ਵੀ ਇਹ ਗੱਲ ਕਹੀ ਆ ਕਿ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਆਂ ਕਿ ਉਹ ਪੰਜਾਬੀ ਭਾਸ਼ਾ ਨੂੰ ਲਾਗੂ ਕਰ ਲੋ। ਚੰਡੀਗੜ੍ਹ ਦੇ ਵਿੱਚ ਇੱਕ ਮੰਚ ਬਣਿਆ ਪੰਜਾਬੀ ਬਚਾਓ ਮੰਚ। ਜਿਨ੍ਹਾਂ ਨੇ ਬੜੇ ਯਤਨ ਕੀਤੇ ਖਾਸ ਤੌਰ ਤੇ ਤਰਲੋਚਨ ਜੀ ਨੇ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਨੇ ਤਰਲੋਚਨ ਸਿੰਘ ਉਹਨਾਂ ਨੇ ਬੜੇ ਬੜੇ ਯਤਨ ਕੀਤੇ ਨੇ ਉਹਨਾਂ ਨੇ ਕਿਤਾਬ ਵੀ ਲਿਖੀ ਆ ਉਹਨਾਂ ਨੇ ਪੂਰੇ ਅੰਕੜੇ ਦਿੱਤੇ ਨੇ ਕਿ ਚੰਡੀਗੜ੍ਹ ਚ ਕਿਹੜੇ ਕਿਹੜੇ ਪਿੰਡ ਜਾੜੇ ਗਏ ਕਿੰਨੀ ਕਿੰਨੀ ਬਸੋਂ ਉੱਥੇ ਪੰਜਾਬੀ ਸੀ ਉਹ ਵੀ ਲਗਾਤਾਰ ਯਤਨ ਕਰ ਰਹੇ ਨੇ ਹੂੰ ਹੂੰ ਸਵਾਲ ਅਫਸਰਾਂ ਦੇ ਰਵੱਈਏ ਬਾਰੇ ਆ ਮੈਨੂੰ ਇਹਦੇ ਦੋ ਕਾਰਨ ਨਜ਼ਰ ਆਉਂਦੇ ਆ ਪਹਿਲਾ ਹੈਗਾ ਬਦਨੀਤੀ ਸਾਡੇ ਅਫਸਰ ਜਿਹੜੇ ਪੰਜਾਬੀ ਬੋਲਦੇ ਆ ਪੰਜਾਬੀ ਪੜ੍ਹ ਲਿਖ ਲੈਂਦੇ ਆ ਜੇ ਉਹ ਵੀ ਆਪਣੀਆਂ ਫੈਲਾਂ ਦੇ ਉੱਤੇ ਪੰਜਾਬੀ ਨਹੀਂ ਲਿਖਦੇ ਤਾਂ ਉਹਨਾਂ ਦੀ ਇੱਕ ਤਾਂ ਬਦਨੀਤੀ ਆ ਦੂਸਰਾ ਮੈਨੂੰ ਸਮਝਦਾ ਮੈਂ ਦਾ ਕਾਰਨ ਸਮਝਦਾ ਉਹਨਾਂ ਦੀ ਬੇਸਮਝੀ ਭਾਸ਼ਾ ਬਾਰੇ ਉਹਨਾਂ ਦਾ ਜਿਹੜਾ ਨਜ਼ਰੀਆ ਉਹ ਗੈਰ ਵਿਗਿਆਨਕ ਆ ਉਹ ਇਹ ਗੱਲ ਨਹੀਂ ਸਮਝਣ ਨੂੰ ਤਿਆਰ ਉਹ ਸਿਰਫ ਇਹ ਸੋਚਦੇ ਆ ਕਿ ਭਾਸ਼ਾ ਕਮਿਊਨੀਕੇਸ਼ਨ ਦਾ ਸਾਧਨ ਆ ਭਾਸ਼ਾ ਕੇਵਲ ਕਮਿਊਨੀਕੇਸ਼ਨ ਦਾ ਕੇਵਲ ਆਦਾਨ ਪ੍ਰਦਾਨ ਦਾ ਸਾਧਨ ਨਹੀਂ ਹੁੰਦੀ ਭਾਸ਼ਾ ਨਾਲ ਸਾਡੇ ਜਜ਼ਬਾਤ ਜੁੜੇ ਹੁੰਦੇ ਆ ਭਾਸ਼ਾ ਨਾਲ ਸਾਡੇ ਸੱਭਿਆਚਾਰਕ ਰੂਟ ਜੁੜੇ ਹੁੰਦੇ ਆ ਭਾਸ਼ਾ ਸਾਡੇ ਅਕੀਦੇ ਦੀ ਭਾਸ਼ਾ ਹੁੰਦੀ ਆ। ਸੋ ਭਾਸ਼ਾ ਕੇਵਲ ਆਦਾਨ-ਬਿਚਾਰਾਂ ਦੇ ਜਾਂ ਆਦਾਨ-ਪ੍ਰਦਾਨ ਦਾ ਜਾਂ ਸੂਚਨਾਵਾਂ ਦੇ ਆਦਾਨ-ਪ੍ਰਦਾਨ ਦਾ ਸਾਧਨ ਨਹੀਂ। ਭਾਸ਼ਾ ਦਾ ਸਬੰਧ ਖਾਸ ਤੌਰ ਤੇ ਸਾਡੇ ਸੱਭਿਆਚਾਰਕ ਅਵਚੇਤਨ ਨਾਲ ਆ। ਹੂੰ ਹੂੰ। ਕਿਸੇ ਤੁਸੀਂ ਇੱਕ ਖਿੱਤੇ ਦੇ ਲੋਕਾਂ ਨੂੰ ਭਾਸ਼ਾ, ਧਰਮ ਤੇ ਉਹਨਾਂ ਦੀ ਲੋਕ ਧਾਰਾ ਤੋਂ ਜੇ ਵਾਂਝੇ ਕਰ ਦਿਓਗੇ ਤਾਂ ਉਹ ਲੋਕ નિਹੱਥੇ ਹੋ ਜਾਣਗੇ ਔਰ ਉਹ ਲੋਕ ਆਪਣੇ ਇਤਿਹਾਸ ਤੋਂ ਕੱਟੇ ਜਾਣਗੇ। ਹੋਇਆ ਇਹੀ ਆ। ਜਦੋਂ ਇੱਥੇ ਬਤਾਨਵੀ ਸਾਮਰਾਜ ਆਇਆ برطانوی سامراج سب ਤੋਂ ਲੰਮਾ ਸਮਾਂ برطانوی سامراج ਨੂੰ پنجاب ਨਾਲ ਲੜਦਿਆਂ ਲਾਉਣਾ ਪਿਆ پنجاب ਆਖਰੀ صوبہ ਸੀ ਜਿਹੜਾ برطانوی سامراج ਦੇ ਅਧੀਨ ਹੋਇਆ برطانوی ਸ਼ਾਸਕ ਇਹ ਜਾਣਦੇ ਸੀ ਕਿ ਪੰਜਾਬੀ ਵੱਧ ਜਿਹੜੇ ਹੈਗੇ ਰਜਿਸਟੈਂਸ ਦੇਣ ਵਾਲੇ ਲੋਕ ਨੇ ਇਸ ਕਰਕੇ ਜੇ ਇਹਨਾਂ ਲੋਕਾਂ ਵਿੱਚੋਂ ਰਜਿਸਟੈਂਸ ਖਤਮ ਕਰਦੀਆਂ ਜੇ ਇਹਨਾਂ ਲੋਕਾਂ ਵਿੱਚੋਂ ਨਾਬਰੀ ਦੀ ਭਾਵਨਾ ਖਤਮ ਕਰਦੀਆਂ ਤਾਂ ਇਹਨਾਂ ਲੋਕਾਂ ਨੂੰ ਇਹਨਾਂ ਦੇ ਇਤਿਹਾਸ ਤੋਂ ਇਹਨਾਂ ਦੇ ਸੱਭਿਆਚਾਰਕ ਰੂਟਸ ਤੋਂ ਇਹਨਾਂ ਨੂੰ ਤੋੜ ਦਿਓ ਇਸੇ ਕਰਕੇ ਅੰਗਰੇਜ਼ ਵਿਦਿਅਕ ਕਮਿਸ਼ਨਰਾਂ ਦੇ ਬਾਰ-ਬਾਰ ਰਿਪੋਰਟਾਂ ਦੇਣ ਦੇ ਬਾਵਜੂਦ ਉਸ ਵੇਲੇ ਦੇ ਗਵਰਨਰ ਜਨਰਲ ਨੇ ਪੰਜਾਬ ਦੇ ਵਿੱਚ ਮਾਧਿਅਮ ਸਿੱਖਿਆ ਦਾ ਮਾਧਿਅਮ ਉਰਦੂ ਨੂੰ ਬਣਾਇਆ ਪੰਜਾਬੀ ਦੇ ਥਾਂ ਤੇ ਇਹ ਸਾਜ਼ਿਸ਼ ਉਦੋਂ ਤੋਂ ਹੋ ਰਹੀ ਆ ਪੰਜਾਬ ਦੇ ਨਾਲ ਮੈਂ ਸਮਝਦਾ ਕਿ ਜਿਹੜੇ ਸਾਡੇ ਅਫਸਰ ਨੇ ਕੁਝ ਨਾ ਸਮਝੀ ਕਾਰਨ ਕੁਝ ਆ ਵਿਗਿਆਨਕ ਨਜ਼ਰੀਏ ਕਾਰਨ ਤੇ ਕੁਝ ਬਦਨੀਤੀ ਕਾਰਨ ਕਿਉਂਕਿ ਸਾਡੇ ਆਮ ਅਫਸਰਾਂ ਦੇ ਮਨਾਂ 'ਚ ਇਹ ਗੱਲ ਜਾ ਚੁੱਕੀ ਆ ਕਿ ਅੰਗਰੇਜ਼ੀ ਹੀ ਗਿਆਨ ਦੀ ਭਾਸ਼ਾ ਆ ਤੇ ਅੰਗਰੇਜ਼ੀ ਹੀ ਰੋਜ਼ਗਾਰ ਦੀ ਭਾਸ਼ਾ ਆ ਤੇ ਅੰਗਰੇਜ਼ੀ ਹੀ ਬਾਜ਼ਾਰ ਦੀ ਭਾਸ਼ਾ ਆ ਜਦੋਂ ਕਿ ਸਥਿਤੀਆਂ ਬਿਲਕੁਲ ਇਦੋਂ ਉਲਟ ਨੇ ਅੱਜ ਪੰਜਾਬ ਦੇ ਹਜ਼ਾਰਾਂ ਸਕੂਲ ਸਕੂਲਾਂ ਦੇ ਵਿੱਚ ਸੈਂਕੜੇ ਕਾਲਜਾਂ ਦੇ ਵਿੱਚ ਹਜ਼ਾਰਾਂ ਬੈਂਕਾਂ ਦੇ ਵਿੱਚ ਹੋਰ ਬਹੁਤ ਸਾਰੇ ਪਬਲਿਕ ادارےਾਂ ਵਿੱਚ ਪੰਜਾਬੀ ਨੂੰ ਬੋਲਣ ਵਾਲੇ ਪੰਜਾਬੀ ਨੂੰ ਲਿਖਣ ਵਾਲੇ ਪੜ੍ਹਨ ਵਾਲੇ ਲੋਕ ਆਉਂਦੇ ਨੇ ਅਕਸਰ ਤੁਸੀਂ 2 ਕਰੋੜ ਪੰਜਾਬੀਆਂ ਨੂੰ ਕਿਸ ਭਾਸ਼ਾ ਵਿੱਚ ਸੰਬੋਧਨ ਕਰੋਗੇ ਤੁਸੀਂ 2 ਕਰੋੜ ਹਿੰਦੁਸਤਾਨ ਦੀ ਬਸੋਂਦੱਕ ਬਹੁਤ ਵੱਡਾ ਹਿੱਸਾ ਆਇਆ ਸੀ ਤੁਸੀਂ 2 ਕਰੋੜ ਪੰਜਾਬਗਰ ਨੂੰ ਕਿਸ ਭਾਸ਼ਾ ਰਾਹੀਂ ਗੱਲ ਸਮਝਾਉਣੀ ਚਾਹੁੰਦੇ ਹੋ ਇਹ ਸਵਾਲ ਆ ਸੋ ਮੈਂ ਦਾਦਾ ਕਿ ਇਹ ਇੱਕ ਵਿਗਿਆਨਕ ਨਜ਼ਰੀਆ ਅਪਣਾਉਣਾ ਚਾਹੀਦਾ ਪਛਾਵਾਂ ਬਾਰੇ ਔਰ ਦੂਜੀ ਗੱਲ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਦੀ ਇੱਕ ਸੰਵਿਧਾਨਕ ਡਿਉਟੀ ਆ ਜਿਸ ਸੰਵਿਧਾਨ ਦੀ ਸੌਂ ਖਾ ਕੇ ਇਹ ਲੋਕ ਗੱਦੀਆਂ ਤੇ ਬੈਠਦੇ ਨੇ ਉਸ ਸੰਵਿਧਾਨ ਵਿੱਚ ਦਰਜ ਆ ਕਿ ਪ੍ਰਸ਼ਾਸਨ ਤੇ ਪ੍ਰਬੰਧ ਲੋਕਾਂ ਦੀ ਜ਼ੁਬਾਨ ਵਿੱਚ ਕਰਨਾ ਆ ਸੋ ਮੈਂ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ ਜਿਹੜੇ ਅਫਸਰ ਪੰਜਾਬੀ ਭਾਸ਼ਾ ਪ੍ਰਤੀ ਕੁਤਾਹੀ ਵਰਤਦੇ ਨੇ ਉਹ ਸਾਡੇ ਹਿੰਦੁਸਤਾਨ ਦੇ ਸੰਵਿਧਾਨ ਨਾਲ ਖਿਲਵਾੜ ਕਰ ਰਹੇ ਨੇ ਔਰ ਉਹਨਾਂ ਦੇ ਖਿਲਾਫ ਬੰਦਿਆਂ ਦੇ ਧਰਾਵਾਂ ਨੂੰ ਦਰ ਦਰ ਕਰਕੇ ਕੇਸ ਦਰਜ ਹੋਣੀ ਚਾਹੀਦੀ ਆ ਇੱਕ ਸੁਧਾਰਨ ਬੰਦਾ ਨਿੱਕੀ ਜੀ ਗਲਤੀ ਕਰਦਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੁੰਦੀ ਆ ਇਹਨਾਂ ਅਫਸਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਾ ਹੋਵੇ ਜਿਨ੍ਹਾਂ ਨੇ ਕਾਨੂੰਨ ਨੂੰ ਲਾਗੂ ਕਰਾਉਣਾ ਜੇ ਉਹ ਹੀ ਕਾਨੂੰਨ ਨਾਲ ਖਿਲਵਾੜ ਕਰ ਰਹੇ ਨੇ ਔਰ ਦੇਸ਼ ਦੇ ਸੰਵਿਧਾਨ ਨਾਲ ਖਿਲਵਾੜ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਾ ਹੋਵੇ ਰੋਜ਼ਗਾਰ ਦੀ ਗੱਲ ਕੀਤੀ ਸੀ ਕਿ ਰੋਜ਼ਗਾਰ ਲਈ ਅੰਗਰੇਜ਼ੀ ਭਾਸ਼ਾ ਨੂੰ ਇੱਕ ਕਾਫੀ ਅਹਿਮ ਮਾਧਿਅਮ ਮੰਨਿਆ ਜਾ ਰਿਹਾ ਹੈ ਅੱਜਕੱਲ ਪਰ ਜੇ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਉਹ ਵੀ ਅੰਗਰੇਜ਼ੀ ਜਾਂ ਹਿੰਦੀ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਦੀ ਹੈ ਤੇ ਕਿਤੇ ਨਾ ਕਿਤੇ ਸਾਨੂੰ ਨੌਜਵਾਨ ਪੀੜੀ ਨੂੰ ਵੀ ਇਸ ਪਾਸੇ ਲਾਣਾ ਚਾਹੀਦਾ ਦੇਖੋ ਬੱਚਿਆਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਬੱਚਿਆਂ ਨੂੰ ਜੋ ਉਹਨਾਂ ਦਾ ਬਡੇਰਾ ਸਮਾਜ ਸਮਝਾਉਂਦਾ ਆ ਬੱਚਿਆਂ ਨੂੰ ਉਹੀ ਸਮਝਣ ਆਉਂਦਾ ਆ ਇਹ ਗੱਲ ਬੱਚਿਆਂ ਦੇ ਮਨਾਂ ਚ ਪਾਈ ਜਾ ਰਹੀ ਆ ਮੇਰਾ ਇੱਕ ਸਿੱਧਾ ਉਸ ਦਾ ਪਾਲਾ ਕਿ ਅੱਜ ਦੁਨੀਆ ਦੇ ਵਿੱਚ ਅੰਗਰੇਜ਼ੀ ਬੋਲਣ ਸਮਝਣ ਵਾਲੇ ਸਿਰਫ 8 8% ਲੋਕ ਨੇ 92% ਲੋਕ ਅੰਗਰੇਜ਼ੀ ਤੋਂ ਬਿਨਾ ਕੰਮ ਚਲਾ ਰਹੇ ਨੇ ਇੱਕ ਬਹੁਤ ਵੱਡਾ ਖੇਤਾ ਹੈ ਜਿੱਥੇ ਅਰਬੀ ਬੋਲੀ ਜਾ ਰਹੀ ਹੈ ਬਹੁਤ ਵੱਡਾ ਖੇਤਾ ਹੈ ਜਿੱਥੇ ਸਪੈਨਿਸ਼ ਬੋਲੀ ਜਾ ਰਹੀ ਹੈ ਅੱਜ ਚਾਈਨਾ ਜਿਹੜਾ ਸੰਸਾਰ ਦੀ ਮਾਰਕੀਟ ਵਿੱਚ ਅਮਰੀਕਾ ਨੂੰ ਪਰੇ ਧੱਕ ਕੇ ਕੇਂਦਰ ਚ ਆ ਗਿਆ ਅੱਜ ਚਾਈਨਾ ਅਮਰੀਕਾ ਤੋਂ ਅੱਜ ਚਾਈਨਾ ਜੀ ਅੰਗਰੇਜ਼ੀ ਤੋਂ ਬਿਨਾ ਆਪਣਾ ਕੰਮ ਚਲਾ ਸਕਦਾ ਆ ਜੇ ਅੰਗਰੇਜ਼ੀ ਜਾਣੀ ਬਿਨਾ ਪੜੇ ਪੜਾਈ ਬਿਨਾ ਜੇ ਚਾਈਨਾ ਅੰਤਰਰਾਸ਼ਟਰੀ ਮਾਰਕੀਟ ਵਿੱਚ ਆਪਣਾ ਥਾਂ ਬਣਾ ਸਕਦਾ ਆ ਤਾਂ ਅਸੀਂ ਕਿਉਂ ਨਹੀਂ ਬਣਾ ਸਕਦੇ ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਕਈ ਉਪਰਾਲੇ ਕੀਤੇ ਜਾ ਰਹੇ ਨੇ ਕਈ ਸੰਸਥਾਵਾਂ ਵੱਲੋਂ ਕਈ ਸਕੂਲ ਆਫ ਥੌਟਸ ਨੇ ਪਰ ਕੀ ਇਹ ਸਾਰੀਆਂ ਸੰਸਥਾਵਾਂ ਇੱਕ ਮੰਚ ਤੇ ਆ ਕੇ ਇਕੱਠਾ ਉਪਰਾਲਾ ਨਹੀਂ ਕਰ ਸਕਦੀਆਂ ਕਿ ਜਿਸ ਨਾਲ ਪੰਜਾਬੀ ਨੂੰ ਉਹ ਮਿਆਰ ਹਾਸਲ ਹੋ ਸਕੇ ਰੁਤਬਾ ਹਾਸਲ ਹੋ ਸਕੇ ਬੀਤਾ ਜੀ ਸੋ ਤੱਕ ਮੇਰੇ ਗਿਆਨ ਚ ਇਹ ਗੱਲ ਇੰਦਰਜੀਤ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸੰਸਥਾ ਆ ਲੇਖਕਾਂ ਦੀ ਅੱਜ ਜੀ 1955 ਤੋਂ ਲਗਾਤਾਰ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੀ ਆ ਕੇਂਦਰੀ ਪੰਜਾਬੀ ਸਭਾ ਲੇਖਕ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਾਲ ਇਸ ਵੇਲੇ 3000 ਦੇ ਲਗਭਗ ਲੇਖਕ ਜੁੜੇ ਹੋਏ ਨੇ ਇਸ ਤੋਂ ਸਾਡੇ ਕੋਲ ਪੰਜਾਬ ਦੇ ਵਿੱਚ ਦੂਜੀ ਕੇਂਦਰੀ ਪੰਜਾਬੀ ਲੇਖਕ ਸਭਾ ਆ ਜਿਹਨੂੰ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋ ਕਹਿੰਦੇ ਆ ਉਹਦੇ ਨਾਲ ਵੀ 1500 ਲੇਖਕ ਨੇ ਇਹ ਦੋ ਲੇਖਕ ਜਥੇਬੰਦੀਆਂ ਲਗਾਤਾਰ ਯਤਨ ਕਰਦਗਾ ਨੇ ਸੰਘਰਸ਼ ਕਰਦਗਾ ਨੇ ਔਰ ਇਕੱਠੇ ਮਿਲ ਕੇ ਸੰਘਰਸ਼ ਕਰਦਗਾ ਨੇ ਇਸੇ ਤਰ੍ਹਾਂ ਜਿਸ ਸੰਸਥਾ ਨੂੰ ਮੈਂ ਜਿਹਦੀ ਮੈਂ ਨੁਮਾਇੰਦਗੀ ਕਰਦਾ ਆ ਪੰਜਾਬੀ ਸਹਿਤ ਅਕੈਡਮੀ ਨਾਲ ਜਾਣਾ ਅਸੀਂ ਪਿਛਲੇ ਸਮੇਂ ਵਿੱਚ ਤਿੰਨਾਂ ਸੰਸਥਾਵਾਂ ਦੇ ਮਿਲ ਕੇ ਦੋਨੇ ਕੇਂਦਰੀ ਪੰਜਾਬੀ ਵਿਆਖਸਭਾਵਾਂ ਤੇ ਪੰਜਾਬੀ ਸਹਿਤ ਅਕੈਡਮੀ ਲੁਧਿਆਣਾ ਨਾਲ ਮਿਲ ਕੇ ਪੰਜਾਬੀ ਭਾਸ਼ਾ ਦੇ ਬਾਰੇ ਜਿਹੜਾ ਗਵਰਨਮੈਂਟ ਨੇ ਐਕਟ ਬਣਾਇਆ ਸੀ ਅਸੀਂ ਉਹਦੇ ਸਮਾਨੰਤਰ ਇੱਕ ਨਵਾਂ ਸੋਧ ਐਕਟ ਬਣਾ ਕੇ ਦਿੱਤਾ ਉਹਨੂੰ ਔਰ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜੋ ਬਹੁਤ ਅੱਛਾ ਕੰਮ ਕਰ ਰਹੇ ਨੇ ਡਾਕਟਰ ਜਗਿੰਦਰ ਸਿੰਘ ਪੁਆਰ ਦੀ ਅਗਵਾਈ ਦੇ ਵਿੱਚ ਜਲੰਧਰ ਦੀ ਜਿਹੜੀ ਸੰਸਥਾ ਹੈਗੀ ਆ ਭਾਸ਼ਾ ਕਾਗਦਵੀ ਇਸੇ ਤਰ੍ਹਾਂ ਹੀ ਅਜੀਤ ਅਖਬਾਰ ਦੇ ਕੁਝ ਸਾਥੀ ਲੜ ਕੇ ਪੰਜਾਬੀ ਬਚਾਓ ਮੰਚ ਜਿਹੜਾ ਉਹਨਾਂ ਨੇ ਬਣਾਇਆ ਪੰਜਾਬੀ ਮੰਚ ਪੰਜਾਬੀ ਜਾਗਰਤੀ ਮੰਚ ਜਿਹਦੇ ਵਿੱਚ ਸਤਨਾਮ ਮਾਨਖੋਣੀ ਕੰਮ ਕਰ ਰਹੇ ਨੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਕੁਝ ਸਾਥੀ ਨੇ ਜਿਹੜੇ ਪੰਜਾਬੀ ਭਾਸ਼ਾ ਦੇ ਲਈ ਕੰਮ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਜਿਹੜੀਆਂ ਇਹ ਸੰਸਥਾਵਾਂ ਨੇ ਇਹ ਗਾਹੇ ਬਗਾਹੇ ਮਿਲ ਕੇ ਕੰਮ ਕਰਦਿਆਂ ਮੈਂ ਇੱਕ ਉਦਾਹਰਣ ਦੇਣੀ ਚਾਹਨਾ ਕੇਂਦਰੀ ਪੰਜਾਬੀ ਲੇਖਕ ਸੁਭਾਮਾ ਪੰਜਾਬੀ ਸਹਿਤ ਅਕਾਦਮੀ ਪੰਜਾਬੀ ਜਾਗਰਤੀ ਮੰਚ ਤੇ ਪੰਜਾਬੀ ਭਾਸ਼ਾ ਅਕਾਦਮੀ ਨੇ ਰਲ ਕੇ ਪੰਜਾਬੀ ਸਹਿਤ ਅਕਾਦਮੀ ਦੁਹਾਨਾ ਦੇ ਦਫ਼ਤਰ ਚ ਦੋ ਜੰਦਾ ਸੀ ਸੈਮੀਨਾਰ ਕੀਤਾ ਉਹ ਸੈਮੀਨਾਰ ਸੀਗਾ ਭਾਰਤੀ ਪਛਾਵਾ ਦਾ ਪ੍ਰਭਵ ਸਵਾਲ ਕੰਦੀ ਪੰਜਾਬੀ ਦਾ ਨਹੀਂ ਹੈ ਅੱਜ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਨਾਲ ਉਰਦੂ ਨੂੰ ਤੇ ਦੱਖਣ ਦੀਆਂ ਪਛਾਵਾਂ ਨੂੰ ਵੀ ਮਾਰ ਪੈ ਰਹੀ ਆ ਸਵਾਲ ਇਹ ਆ ਕਿ ਜਿਹੜਾ ਇਸ ਵੇਲੇ ਅਜੰਡਾ ਆ ਗਲੋਬਲਾਈਜੇਸ਼ਨ ਦਾ ਜਾਂ ਜਿਹੜਾ ਵਿਸ਼ਵ ਪੂੰਜੀਵਾਦ ਦਾ ਅਜੰਡਾ ਆ ਉਹ ਸਾਰੇ ਸੰਸਾਰ ਨੂੰ ਇੱਕ ਰੰਗ ਵਿੱਚ ਰੰਗਣ ਦਾ ਆ ਇੱਕ ਭਾਸ਼ਾ ਤੇ ਇੱਕ ਤਰ੍ਹਾਂ ਦੀ ਕਰੰਸੀ ਅਸਲ ਚ ਇਹ ਵਿਸ਼ਵ سرمਾਈਦਾਰੀ ਦਾ ਅਜੰਡਾ ਆ ਵਿਸ਼ਵ سرمਾਈਦਾਰੀ ਸਾਰੀਆਂ ਖੇਤਰੀ ਪਛਾਣਾਂ ਤੇ ਖੇਤਰੀ ਸੱਭਿਆਚਾਰਾਂ ਲਈ ਸੰਕਟ ਖੜੇ ਕਰ ਰਹੀ ਆ ਸੋ ਮਸਲਾ ਕੇਵਲ ਪੰਜਾਬੀ ਦਾ ਨਹੀਂ ਮਸਲਾ ਸਾਰੀਆਂ ਭਾਰਤੀ ਪਛਾਣਾਂ ਦਾ ਔਰ ਖੇਤਰੀ ਪਛਾਣਾਂ ਦਾ ਆ ਔਰ ਇਹਦੇ ਲਈ ਸਾਨੂੰ ਇੱਕ ਵਿਗਿਆਨਕ ਸਮਝ ਵਿਕਸਿਤ ਕਰਨ ਦੀ ਲੋੜ ਆ ਜੇਕਰ ਡਾਕਟਰ ਸਾਹਿਬ ਆਪਾਂ ਪੰਜਾਬ ਵੱਲ ਨੂੰ ਜਾਈਏ ਤਾਂ ਉੱਥੇ ਜਿਹੜੇ ਸੂਚਕ ਬੋਰਡ ਲੱਗੇ ਹੁੰਦੇ ਨੇ ਜਾਂ ਸ਼ਹਿਰਾਂ ਪਿੰਡਾਂ ਦੇ ਨਾਂ ਲਿਖੇ ਹੁੰਦੇ ਉਹ ਪੰਜਾਬੀ ਦੇ ਵਿੱਚ ਹੀ ਹੁੰਦੇ ਆ। ਪਰ ਜੇ ਆਪਾਂ ਚੰਡੀਗੜ੍ਹ ਆਨੇ ਆ ਤਾਂ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਉੱਥੇ ਅੰਗਰੇਜ਼ੀ ਦੇ ਵਿੱਚ ਸੂਚਕ ਬੋਰਡ ਲੱਗੇ ਹੁੰਦੇ ਨੇ ਜਾਂ ਫਿਰ ਹਿੰਦੀ ਦੇ ਵਿੱਚ ਲੱਗੇ ਹੁੰਦੇ ਨੇ। ਪੰਜਾਬੀ ਤਾਂ ਇੱਥੇ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ। ਮੇਰੇ ਖਿਆਲ ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਗੱਲ ਦਿੱਲੀ ਪ੍ਰਸ਼ਾਸਨ ਤੋਂ ਸਮਝ ਲੈਣੀ ਚਾਹੀਦੀ ਆ। ਦਿੱਲੀ ਪ੍ਰਸ਼ਾਸਨ ਨੇ ਦਿੱਲੀ 'ਚ ਲਿਖੇ ਹੋਏ ਸਾਰੇ ਬੋਰਡ ਅੰਗਰੇਜ਼ੀ, ਹਿੰਦੀ, ਪੰਜਾਬੀ ਤੇ ਉਰਦੂ ਦਿੱਲੀ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਸੜਕਾਂ ਦੇ ਸਾਈਨ ਬੋਰਡ ਨੇ ਉਹ ਸਾਰੇ ਦੇ ਸਾਰੇ ਅੰਗਰੇਜ਼ੀ ਹਿੰਦੀ ਪੰਜਾਬੀ ਉਰਦੂ ਵਿੱਚ ਨੇ ਔਰ ਚੰਡੀਗੜ੍ਹ ਚ ਆਉਣ ਵਾਲੀ ਬਹੁ ਗਲਤੀ ਪੰਜਾਬ ਦੇ ਲੋਕ ਲਈ ਕਿਉਂਕਿ ਪੰਜਾਬ ਦੀ ਰਾਜਧਾਨੀ ਆ ਹਾਂ ਹਾਂ ਹਰਿਆਣੇ ਦੀ ਰਾਜਧਾਨੀ ਆ ਮੈਂ ਸਮਝਦਾ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਬੋਰਡ ਨੇ ਉਹ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਤੇ ਹਿੰਦੀ ਚ ਲਿਖਣੇ ਬਹੁਤ ਹੀ ਜ਼ਰੂਰੀ ਨੇ ਨਿਹੈਤ ਜ਼ਰੂਰੀ ਨੇ ਕਿਉਂਕਿ ਚੰਡੀਗੜ੍ਹ ਚ ਅੰਗਰੇਜ਼ਾਂ ਨਹੀਂ ਆਉਣਾ ਬਹੁਤ ਘੱਟ ਗਲਤੀ ਜਗਦੀ ਜਾ ਨਹੀਂ ਹੋਣਾ। ਚੰਡੀਗੜ੍ਹ 'ਚ ਜੇ ਆਉਣਾ ਹੈ ਉਹ ਜਾਂ ਪੰਜਾਬ ਦੇ ਨੇ ਆਉਣਾ ਵੱਡੀ ਗਲਤੀ 'ਚ ਜਾਂ ਖਵਾ ਜਾਂ ਹਰਿਆਣੇ ਵਿੱਚੋਂ ਹਰਿਆਣਵੀ ਆ ਨਹੀਂ ਆਉਣਾ। ਜਿਨ੍ਹਾਂ ਨੇ ਜਿਨ੍ਹਾਂ ਦੀ ਜਲਦੀ ਆ ਗਈ ਕੰਮ ਕਰਨ ਦੀ ਭਾਸ਼ਾ ਹੁੰਦੀ ਆ। ਹਿੰਦੀ ਆ। ਸੋ ਚੰਡੀਗੜ੍ਹ 'ਚ ਪੰਜਾਬੀ ਤੇ ਹਿੰਦੀ 'ਚ ਇਹ ਸਾਰੇ ਬੋਰਡ ਲਿਖੇ ਹੋਣੇ ਜ਼ਰੂਰੀ ਨੇ। ਬਿਲਕੁਲ ਡਾਕਟਰ ਸਾਹਿਬ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ? ਮੈਡਮ ਸਤਿ ਸ੍ਰੀ ਅਕਾਲ ਜੀ ਮੈਂ ਅਮਰਿੰਦਰ ਸਿੰਘ ਮਾਣ ਅਰਜ਼ ਕਰਦਾ ਜੀ ਬਸ਼ੰਦਾ ਤੋਂ ਆ। ਹਾਂਜੀ ਅਮਰਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਤੁਸੀਂ ਮੈडम ਮੈਂ ਇਹ ਕਹਿਣਾ ਚਾਹੁੰਦਾ ਇਹ ਜਿਹੜੇ ਅੰਗਰੇਜ਼ਾਂ ਦੀ ਅੰਗਰੇਜ਼ੀ ਆਪਾਂ ਜਿਹਨੂੰ ਖਤਰਾ ਮੰਨ ਰਹੇ ਹਾਂ ਹਾਂਜੀ ਉਹਨਾਂ ਨੇ ਤਾਂ ਵਿਦੇਸ਼ਾਂ 'ਚ ਆਪਣੀ ਪੰਜਾਬੀ ਨੂੰ ਆਪਣੀ ਸਿੱਖੀ ਨੂੰ ਮਹਫੂਜ਼ ਕਰਕੇ ਰੱਖਿਆ ਹੋਇਆ ਹੈ ਪਰ ਪੰਜਾਬ 'ਚ ਜੋ ਜੋ ਆਊਟਸਾਈਡਰਸ ਆ ਰਹੇ ਆ ਉਹ ਸਾਰੀ ਹਿੰਦੀ ਇੱਕ ਘੁਲਵਾੰਗ ਇੱਕ ਜ਼ਹਿਰ ਬਾਗ ਹਿੰਦੀ ਪੰਜਾਬੀ ਨੂੰ ਖਾ ਰਹੀ ਹੈ ਆਪਣੇ ਮੁਲਕ ਦੀ ਹਿੰਦੁਸਤਾਨ 'ਚ ਜੀ ਹਾਂਜੀ ਤੁਸੀਂ ਬਹੁਤ ਵਧੀਆ ਵਿਚਾਰ ਰੱਖਿਆ ਅਮਰਿੰਦਰ ਸਿੰਘ ਜੀ ਤੇ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ हां मंत्री जी मैं ਤੁਹਾਨੂੰ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਭਾਸ਼ਾ ਬਾਰੇ ਜਿਹੜੀ ਚੇਤਨਾ ਪੈਦਾ ਕਰਨੀ ਹੁੰਦੀ ਆ ਇਹ 'ਚ ਸਰਕਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਆ ਵੱਖ-ਵੱਖ ਸੰਸਥਾਵਾਂ ਦਾ ਵੀ ਯੋਗਦਾਨ ਹੁੰਦਾ ਆ ਤੇ ਨਾਲ ਦੀ ਨਾਲ ਆਮ ਲੋਕਾਂ ਦਾ ਵੀ ਬਹੁਤ ਯੋਗਦਾਨ ਹੁੰਦਾ ਆ ਮੈਂ ਸਮਝਦਾ ਕਿ ਆਮ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਤੁਸੀਂ ਜੇ ਕਾਲ ਕਰ ਰਹੇ ਹੋ ਤੇ ਮੈਂ ਸਮਝਦਾ ਕਿ ਕੇਂਦਰੀ ਪੰਜਾਬੀ ਲੇਖਕ ਸੁਭਾਵਾਂ ਜਾਂ ਸਾਡੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਇੱਕ ਉਦੇਸ਼ ਜ਼ਰੂਰ ਪੂਰਾ ਹੋਇਆ ਕਿ ਤੁਸੀਂ ਇਸ ਗੱਲੋਂ ਸੁਚੇਤ ਹੋਏ ਹੋ ਕਿ ਆਪਣੀ ਭਾਸ਼ਾ ਨੂੰ ਬਚਾ ਕੇ ਰੱਖਣ ਇਸ ਕਰਕੇ ਜ਼ਰੂਰੀ ਆ ਕਿ ਭਾਸ਼ਾ ਸਾਡੀ ਸੱਭਿਆਚਾਰਕ ਪਛਾਣ ਨਾਲ ਜੁੜੀ ਹੋਈ ਆ ਪੰਜਾਬੀਆਂ ਨੂੰ ਤੁਹਾਡੇ ਵਾਂਗ ਵੱਧ ਸੁਚੇਤ ਹੋਣਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਹਿੰਦੀ ਅਖਬਾਰ ਜਿਹੜੇ ਹੈਗੇ ਆ ਉਹ ਮਾਰਕਿਟ ਚ ਆ ਰਹੇ ਨੇ ਪਰ ਪੰਜਾਬੀ ਅਖਬਾਰਾਂ ਨੂੰ ਧੱਕ ਕੇ ਬਾਹਰ ਕੱਢਿਆ ਜਾ ਰਿਹਾ ਕਾਰਨ ਕੀ ਆ ਕਿ ਹਿੰਦੀ ਅਖਬਾਰ ਦੀ ਕੁਆਲਿਟੀ ਸਾਡੇ ਨਾਲੋਂ ਵੱਧ ਆ ਤੇ ਸਸਤਾ ਵੇਚਿਆ ਜਾ ਰਿਹਾ ਕਿਉਂਕਿ ਉਹਨਾਂ ਕੋਲੇ ਐਡ ਵੱਧ ਆਉਂਦੀ ਆ ਅੱਜ ਸਾਡਾ ਪੰਜਾਬੀ ਜਿਹੜਾ ਹੈਗਾ ਇੰਡਸਟਰੀਅਲਿਸਟ ਉਹ ਪੰਜਾਬੀ ਅਖਬਾਰ ਨੂੰ ਐਡ ਦੇਣ ਨੂੰ ਤਿਆਰ ਨਹੀਂ ਹਿੰਦੀ ਅਖਬਾਰ ਨੂੰ ਐਡ ਦਿੰਦਾ ਕਿਉਂਕਿ ਹਿੰਦੀ ਅਖਬਾਰ ਉਹਨੂੰ ਵੱਡੀ ਮਾਰਕੀਟ ਦਿੰਦਾ ਆ ਸੋ ਸਾਨੂੰ ਆਪ ਵੀ ਪੰਜਾਬੀਆਂ ਨੂੰ ਇਹਦੇ ਬਾਰੇ ਸੁਚੇਤ ਹੋਣਾ ਚਾਹੀਦਾ ਔਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਇਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਸਰਕਾਰ ਆ ਮੈਂ ਸਮਝਦਾ ਕਿ ਇਹਦੀ ਹੋਰ ਵੀ ਵੱਧ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਇਹ बार-ਬਾਰ ਜਦੋਂ ਘਟ ਗਿੰਤੀਆਂ ਦੀ ਅਸੀਂ ਗੱਲ ਕਰਦੇ ਆ ਜਾਂ ਹਿੰਦੁਸਤਾਨ ਨੂੰ ਜਦੋਂ ਸੰਗੀਤਾ ਚਾਣਨ ਦੀ ਗੱਲ ਕਰਦੇ ਆ ਤੇ ਮੈਂ ਸਮਝਦਾ ਕਿ ਇਹ ਬਾਦਲ ਸਾਹਿਬ ਦੀ ਹੋਰ ਜ਼ਿੰਮੇਵਾਰੀ ਬਣਦੀ ਆ ਕਿ ਬਾਦਲ ਸਾਹਿਬ ਇਸ ਮਾਮਲੇ ਤੇ ਤੁਰੰਤ ਦਖਲ ਦੇ ਔਰ ਜ਼ੋਰਦਾਰ ਦਖਲ ਦੇਣ ਔਰ ਇਹ ਗੱਲ ਕੇਂਦਰ ਨਾਲ ਉਹਨਾਂ ਨੂੰ ਉਠਾਉਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਪੰਜਾਬੀ ਵੋਟਰ ਜਿਹਨਾਂ ਨੇ ਬਾਦਲ ਸਾਹਿਬ ਨੂੰ ਵੋਟ ਪਾ ਕੇ ਦੂਜੀ ਵਾਰ ਪਾਵਰ 'ਚ ਲੈ ਕੇ ਆਂਦਾ ਆ ਬਾਦਲ ਸਾਹਿਬ ਨੂੰ ਉਸ ਪੰਜਾਬੀ ਵੋਟਰ ਦਾ ਆਪਣੇ ਵਿੱਚ ਜਿਹੜਾ ਪ੍ਰਤਿਆਗਿਆ ਦਾ ਭਰੋਸਾ ਆ ਬਾਦਲ ਸਾਹਿਬ ਨੂੰ ਉਸ ਭਰੋਸੇ ਨੂੰ ਕਾਇਮ ਰੱਖਣਾ ਚਾਹੀਦਾ ਆ ਔਰ ਚੰਡੀਗੜ੍ਹ ਦੇ ਦੂਸਰੀ ਗੱਲ ਮੈਂ ਚੰਡੀਗੜ੍ਹ ਦੇ ਚੰਡੀਗੜ੍ਹ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੀ ਪਵਨ ਵਾਂਸਲ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਇਸ ਮੰਤਰੀ ਦੇ ਰਾਹੀਂ ਕਿ ਉਹ ਵੀ ਆਪਣੀ ਜਿਹੜੀ بلند ਆਵਾਜ਼ ਆ ਉਸ ਬਲੰਦ ਆਵਾਜ਼ ਨੂੰ ਨਾ ਕੇਵਲ ਬੰਚਾਂ ਤੇ ਉਠਾਉਂਦੇ ਰਹਿਣ ਸਗੋਂ ਉਹ ਕੇਂਦਰ ਸਰਕਾਰ ਚ ਆਪਣੀ ਦਖਲਦਾਜ਼ੀ ਰਾਹੀਂ ਇਸ ਮਸਲੇ ਨੂੰ ਤੁਰੰਤ ਨਿਢਠੋ ਬਿਲਕੁਲ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਂ ਜਗਦੀਸ਼ ਸਿੰਘ ਬੋਲ ਰਿਹਾ ਜੀ ਹਾਂਜੀ ਸਵਾਗਤ ਹੈ ਤੁਹਾਡਾ ਕੀ ਕੀ ਪੁੱਛਣਾ ਚਾਹੋਗੇ ਤੁਸੀਂ ਮੈਂ ਕਹਿਣਾ ਚਾਹ ਰਿਹਾ ਕਿ ਹਰਿਆਣਾ ਹਿਮਾਚਲ ਪੰਜਾਬ ਤੋਂ ਹੀ ਅਲੱਗ ਹੋ ਕੇ ਬਣਿਆ ਹੈ ਹਾਂਜੀ ਔਰ ਇਹਦੇ ਵਿੱਚ ਪੰਜਾਬੀ ਅੱਜ ਤੱਕ ਪਰ ਪੰਜਾਬੀ ਬੋਲੀ ਜਾ ਰਹੀ ਸੀਗੀ ਕਿ ਇਹ ਪੰਜਾਬੀ ਨੂੰ ਛੱਡ ਕੇ ਦੂਸਰੀ ਭਾਸ਼ਾ ਹਿੰਦੀ ਨੂੰ ਕਿੰਨਾ ਦਸਥਾਪਣਾ ਇਹ ਸਹੀ ਹੈ ਕਿ ਪਰ ਜਦੋਂ ਕਿ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਜਗ੍ਹਾ ਤਾਮਿਲ ਜਾਂ ਤੇਲਗੂ ਨੂੰ ਕਿ ਦੂਸਰੀ ਭਾਸ਼ਾ ਬਣਾਈ ਗਈ ਜੀ ਜੀ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹਾਂ ਸਰਦਾਰ ਜਗਜੀਤ ਸਿੰਘ ਜੀ ਮੈਂ ਲੰਮਾ ਸਮਾਂ ਹਰਿਆਣਾ ਵਿੱਚ ਨੌਕਰੀ ਕਰਦਾ ਰਿਹਾ ਇਸੇ ਕਾਰਕ ਕਿ ਮੇਰੇ ਨਾਂ ਨਾਲ ਸੁਖਦੇਵ ਸਿੰਘ ਸਰਚਾ ਜੁੜ ਗਿਆ ਇਸ ਵੇਲੇ ਜੋ ਹਰਿਆਣਾ ਦੀ ਸਥਿਤੀ ਆ ਉਹ ਇਹ ਆ ਕਿ ਇਸ ਵੇਲੇ ਹਰਿਆਣਾ ਦੇ ਵਿੱਚ ਹਿੰਦੀ ਉਹਨਾਂ ਦੀ ਪਹਿਲੀ ਲੈਂਗੁਏਜ ਆ ਪੰਜਾਬੀ ਤੇ ਉਰਦੂ ਉਹਨਾਂ ਦੀਆਂ ਦੂਸਰੀ ਦੂਸਰੀਆਂ ਪਛਾਵਾਂ ਨੇ ਕੁਝ ਸਮਾਂ ਸੀ ਕਿ ਜਦੋਂ ਹਰਿਆਣਾ ਦੇ ਵਿੱਚ ਤਿਲਗੂ ਪਾਸ਼ਾ ਨੂੰ ਚੌਧਰੀ ਬੰਸੀ ਲਾਲ ਦੀ ਸਰਕਾਰ ਨੇ ਇੱਕ ਖਿਜ ਵਿੱਚ ਆ ਕੇ ਇੱਕ ਗੁੱਸੇ ਵਿੱਚ ਆ ਕੇ ਹਰਿਆਣਾ ਦੀ ਸੈਕੰਡ ਲੈਂਗੁਏਜ ਦਾ ਰੁਤਬਾ ਦੇਣ ਦੀ ਗੱਲ ਕਹੀ ਪਰ ਹਰਿਆਣਾ ਦੇ ਕਿਸੇ ਲੇਖਕ ਨੇ ਜਾਂ ਹਰਿਆਣਾ ਦੇ ਕਿਸੇ ਸੁਧਾਰਨ ਆਮ ਬੰਦੇ ਨੇ ਵੀ ਨਾ ਤਿਲਗੂ ਸਿੱਖੀ ਨਾ ਉਹ ਤੇ ਤਿਲਗੂ ਬੋਲੀ ਗਈ ਬਹੁਤ ਵੱਡੀ ਗਲਤੀ ਚ ਪੰਜਾਬੀ ਤੇ ਜਿਹੜੇ ਹੋਰ ਲੋਕ ਨੇ ਉਹ ਹਰਿਆਣਾ ਚ ਰਹਿ ਰਹੇ ਨੇ ਜਿਨ੍ਹਾਂ ਚ ਮੈਨੂੰ ਜਿਨ੍ਹਾਂ ਦਾ ਮੇਰਾ ਇਸ਼ਾਰਾ ਸਿਰਫ ਆਪਣੀ ਇਸਲਾਮ ਨੂੰ ਮੰਨਣ ਵਾਲੇ ਭਰਾਵਾ ਵਾਲਾ 8% ਦੇ ਲਗਭਗ ਜਿਹੜੇ ਮੁਸਲਮਾਨ ਭਰਾ ਉਹ ਹਰਿਆਣਾ ਚ ਰਹਿ ਰਹੇ ਸੋ ਹਰਿਆਣਾ ਚ ਜਿਹੜੀ ਆਮ ਬੋਲ ਚੱਲਦੀ ਭਾਸ਼ਾ ਆ ਜਾਂ ਹਿੰਦੀ ਦੀਆਂ ਡਾਇਲੈਕਟਸ ਨੇ ਜਿਨ੍ਹਾਂ ਨੂੰ ਅਸੀਂ ਰੋਹਤ ਕੀ ਜਾਂ ਹਰਿਆਣਵੀ ਕਹਿੰਦੇ ਆ ਤੇ ਜਾਂ ਫਿਰ ਉਸੇ ਪੰਜਾਬੀ ਬੋਲੀ ਜਾਂਦੀ ਆ ਕਿਉਂਕਿ ਵੱਡੀ ਗਲਤੀ ਚ ਜਿਹੜੇ ਪੰਜਾਬੀ ਆ 47 ਤੋਂ ਬਾਅਦ ਉਜੜ ਕੇ ਆਕੇ ਉਹ ਹਰਿਆਣਾ ਦੇ ਵਿੱਚ ਸੈਟਲ ਹੋਏ ਹਿਮਾਚਲ ਦੇ ਵਿੱਚ ਸੈਟਲ ਹੋਏ ਡਾਕਟਰ ਸਾਹਿਬ ਤੁਹਾਨੂੰ ਵਿੱਚੇ ਰੋਕਣਾ ਚਾਹੂੰਗੀ ਕਿ ਮਾਫ ਕਰਨਾ ਕਿਉਂਕਿ ਸਮਾਂ ਬਹੁਤ ਘੱਟ ਹੈ ਤੇ ਚਰਚਾ ਕਾਫੀ ਲੰਬੀ ਹੈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੁਹਾਡਾ ਇਸ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਡੇ ਨਾਈਟ ਟੀਵੀ ਦੇ ਬਹਾਨੇ ਬਹੁਤ ਭੱਖਦੇ ਮਸਲੇ ਤੇ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਹਾਂ ਜੀ ਜਾਗੋ ਪੰਜਾਬ ਦੇ ਇਸ ਸ਼ੋਅ ਦੇ ਵਿੱਚ ਅੱਜ ਬਸ ਇੰਨਾ ਹੀ ਕੱਲ ਇੱਕ ਨਵੀਂ ਸ਼ਖਸੀਅਤ ਅਤੇ ਨਵੇਂ ਮੁੱਦੇ ਦੇ ਨਾਲ ਮੋੜ ਹਾਜ਼ਰ ਹੋਵਾਂਗੇ ਇਹ ਸ਼ੋਅ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਲਿਖਣਾ ਨਾ ਭ